ਪਿੰਡ ਦੇ ਗ੍ਰੰਥੀ ਸਿੰਘ ਦੀ ਉਸ ਵੇਲੇ ਬੇਵਕਤੀ ਮੌਤ ਹੋ ਗਈ ਜਦੋਂ ਨਿਸ਼ਾਨ ਸਾਹਿਬ ਚੜਾਉਂਦੇ ਹੋਏ ਉਹਨਾਂ ਨੂੰ ਕਰੰਟ ਲੱਗ ਗਿਆ ਤੇ ਮੌਤ ਹੋ ਗਈ। ਜਦੋਂ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਸੁਰਿੰਦਰ ਸਿੰਘ ਸੋਢੀ ਤੜਕੇ ਨਿਸ਼ਾਨ ਸਾਹਿਬ ਚੜਾ ਰਹੇ ਸੀ ਤਾਂ ਉੱਤੋਂ ਬਿਜਲੀ ਦੀ ਤਾਰ ਦੇ ਨਾਲ ਨਿਸ਼ਾਨ ਸਾਹਿਬ ਟਕਰਾ ਗਏ ਅਤੇ ਉਸ ਤਾਰ ਦੇ ਵਿੱਚ ਹਾਈ ਵੋਲਟੇਜ ਕਰੰਟ ਆ ਰਿਹਾ ਸੀ ਜਿਸ ਕਾਰਨ ਗ੍ਰੰਥੀ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਬੇਵਕਤੀ ਮੌਤ ਦੇ ਕਾਰਨ ਸਾਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਛਾ ਗਈ। ਉੱਥੇ ਹੀ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਗ੍ਰੰਥੀ ਸਿੰਘ ਦੀ ਉਮਰ ਮਹਿਜ਼ 32 ਸਾਲ ਦੀ ਸੀ ਜੋ ਪਿੰਡ ਦੁਸਾਂਝ ਕਲਾਂ 'ਚ ਆਪਣੇ ਪਰਿਵਾਰ ਦੇ ਨਾਲ ਰਹਿ ਰਿਹਾ ਸੀ ਤੇ ਹੁਣ ਗ੍ਰੰਥੀ ਸਿੰਘ ਆਪਣੇ ਪਿੱਛੇ ਆਪਣੇ ਪਰਿਵਾਰ ਦੇ ਵਿੱਚ ਬਜ਼ੁਰਗ ਮਾਤਾ, ਪਤਨੀ, ਬੇਟਾ ਤੇ ਇੱਕ ਬੇਟੀ ਨੂੰ ਛੱਡ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਨੇ। ਬੜੀ ਗੱਲ ਹੋਈ ਹੈ ਕਿਉਂਕਿ ਜਿਹੜੇ ਸਾਡੇ ਸੁਰਿੰਦਰ ਸਿੰਘ ਸੋਢੀ ਸਾਹਿਬ ਬਹੁਤ ਬਚਪਨ ਤੋਂ ਇੱਥੇ ਹੈੱਡ ਗ੍ਰੰਥੀ ਸਨ। ਅੱਜ ਦੁੱਖ ਨਾਲ ਗੱਲ ਕਰਨੀ ਪੈਂਦੀ ਹੈ ਕਿ ਅੱਜ ਅਸੀਂ ਸਾਡੇ ਵੱਡੇ ਭਾਈ ਇਹਨਾਂ ਦੇ ਖੂਹ 'ਤੇ ਨਿਸ਼ਾਨ ਸਾਹਿਬ ਚੜਾਉਣ ਗਏ ਸੀ। ਉੱਥੇ ਜਦੋਂ ਨਿਸ਼ਾਨ ਸਾਹਿਬ ਨੂੰ ਇਸ਼ਨਾਨ ਕਰਾ ਕੇ ਕਾਰ ਲੱਗੇ ਉਸ ਵੇਲੇ ਤਾਰ ਜਿਹੜੀ ਸੀ ਉਹਦੇ ਨਾਲ ਟੱਚ ਹੋ ਗਈ ਜਾਂ ਅਰਥ ਹੋ ਗਿਆ ਉਹਦੇ ਨਾਲ ਉਹਦਾ ਇਹਨਾਂ ਦੀ ਅਚਨਚੇਤ ਮੌਤ ਹੋ ਗਈ। ਬੜੀ ਦੁੱਖ ਵਾਲੀ ਗੱਲ ਹੈ ਦਾਸ ਸੁਰਿੰਦਰ ਸਿੰਘ ਸਰਦਾਰ ਗੁਰਦੁਆਰਾ ਸਾਹਿਬ ਦਾ, ਇਸ ਕਰਕੇ ਇਹ ਜਿਹੜਾ ਦੁੱਖਦਾਇਕ ਗੱਲ ਹੋਈ ਆ ਇਹ ਸਹਿਣਯੋਗ ਨਹੀਂ ਹੈ। ਗਏ ਸੀਗੇ ਨਿਸ਼ਾਨ ਸਾਹਿਬ ਚੜਾਉਣ, ਭਾਈ ਜੀ ਸਾਡੇ ਨਾਲ ਸੀ ਅਤੇ ਪ੍ਰਾਹੁਣਾ ਵੀ ਸਾਡੇ ਨਾਲ ਅਤੇ ਭਾਈ ਸਾਹਿਬ ਦਾ, ਅਤੇ ਉੱਥੇ ਜਾ ਨਿਸ਼ਾਨ ਸਾਹਿਬ ਚੜਾਉਣ ਲੱਗੇ, ਨਿਸ਼ਾਨ ਸਾਹਿਬ ਤਾਰ ਨਾਲ ਲੱਗ ਗਏ, ਤਾਰ ਨਾਲ ਲੱਗ ਕੇ ਭਾਈ ਸਾਹਿਬ ਨੂੰ ਕਰੰਟ ਲੱਗ ਗਏ, ਉੱਥੇ ਉਹ ਡਿੱਗ ਪਏ, ਉੱਥੇ ਉਹਨਾਂ ਦੀ ਮੌਤ ਹੋ ਗਈ। ਉੱਥੇ ਮੌਕੇ 'ਤੇ ਮੌਤ ਹੋ ਗਈ ਕਿ ਫਿਰ ਹਸਪਤਾਲ ਲੈ ਕੇ ਗਏ? ਅੱਛਾ ਜੀ, ਹਸਪਤਾਲ 'ਚ ਲੈ ਕੇ ਗਏ ਤਾਂ ਉਹ ਡਾਕਟਰ ਨੇ ਫਿਰ ਦੱਸਿਆ। ਪਿੰਡ ਦੇ ਗ੍ਰੰਥੀ ਸਿੰਘ ਦੀ ਉਸ ਵੇਲੇ ਬੇਵਕਤੀ ਮੌਤ ਹੋ ਗਈ ਜਦੋਂ ਨਿਸ਼ਾਨ ਸਾਹਿਬ ਚੜਾਉਂਦੇ ਹੋਏ ਉਹਨਾਂ ਨੂੰ ਕਰੰਟ ਲੱਗ ਗਿਆ ਤੇ ਮੌਤ ਹੋ ਗਈ। ਜਦੋਂ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਸੁਰਿੰਦਰ ਸਿੰਘ ਸੋਢੀ ਤੜਕੇ ਨਿਸ਼ਾਨ ਸਾਹਿਬ ਚੜਾ ਰਹੇ ਸੀ ਤਾਂ ਉੱਤੋਂ ਬਿਜਲੀ ਦੀ ਤਾਰ ਦੇ ਨਾਲ ਨਿਸ਼ਾਨ ਸਾਹਿਬ ਟਕਰਾ ਗਏ ਅਤੇ ਉਸ ਤਾਰ ਦੇ ਵਿੱਚ ਹਾਈ ਵੋਲਟੇਜ ਕਰੰਟ ਆ ਰਿਹਾ ਸੀ ਜਿਸ ਕਾਰਨ ਗ੍ਰੰਥੀ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਬੇਵਕਤੀ ਮੌਤ ਦੇ ਕਾਰਨ ਸਾਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਛਾ ਗਈ। ਉੱਥੇ ਹੀ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਗ੍ਰੰਥੀ ਸਿੰਘ ਦੀ ਉਮਰ ਮਹਿਜ਼ 32 ਸਾਲ ਦੀ ਸੀ ਜੋ ਪਿੰਡ ਦੁਸਾਂਝ ਕਲਾਂ 'ਚ ਆਪਣੇ ਪਰਿਵਾਰ ਦੇ ਨਾਲ ਰਹਿ ਰਿਹਾ ਸੀ ਤੇ ਹੁਣ ਗ੍ਰੰਥੀ ਸਿੰਘ ਆਪਣੇ ਪਿੱਛੇ ਆਪਣੇ ਪਰਿਵਾਰ ਦੇ ਵਿੱਚ ਬਜ਼ੁਰਗ ਮਾਤਾ, ਪਤਨੀ, ਬੇਟਾ ਤੇ ਇੱਕ ਬੇਟੀ ਨੂੰ ਛੱਡ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਨੇ। ਬੜੀ ਗੱਲ ਹੋਈ ਹੈ ਕਿਉਂਕਿ ਜਿਹੜੇ ਸਾਡੇ ਸੁਰਿੰਦਰ ਸਿੰਘ ਸੋਢੀ ਸਾਹਿਬ ਬਹੁਤ ਬਚਪਨ ਤੋਂ ਇੱਥੇ ਹੈੱਡ ਗ੍ਰੰਥੀ ਸਨ। ਅੱਜ ਦੁੱਖ ਨਾਲ ਗੱਲ ਕਰਨੀ ਪੈਂਦੀ ਹੈ ਕਿ ਅੱਜ ਅਸੀਂ ਸਾਡੇ ਵੱਡੇ ਭਾਈ ਇਹਨਾਂ ਦੇ ਖੂਹ 'ਤੇ ਨਿਸ਼ਾਨ ਸਾਹਿਬ ਚੜਾਉਣ ਗਏ ਸੀ। ਉੱਥੇ ਜਦੋਂ ਨਿਸ਼ਾਨ ਸਾਹਿਬ ਨੂੰ ਇਸ਼ਨਾਨ ਕਰਾ ਕੇ ਕਾਰ ਲੱਗੇ ਉਸ ਵੇਲੇ ਤਾਰ ਜਿਹੜੀ ਸੀ ਉਹਦੇ ਨਾਲ ਟੱਚ ਹੋ ਗਈ ਜਾਂ ਅਰਥ ਹੋ ਗਿਆ ਉਹਦੇ ਨਾਲ ਉਹਦਾ ਇਹਨਾਂ ਦੀ ਅਚਨਚੇਤ ਮੌਤ ਹੋ ਗਈ। ਬੜੀ ਦੁੱਖ ਵਾਲੀ ਗੱਲ ਹੈ ਦਾਸ ਸੁਰਿੰਦਰ ਸਿੰਘ ਸਰਦਾਰ ਗੁਰਦੁਆਰਾ ਸਾਹਿਬ ਦਾ, ਇਸ ਕਰਕੇ ਇਹ ਜਿਹੜਾ ਦੁੱਖਦਾਇਕ ਗੱਲ ਹੋਈ ਆ ਇਹ ਸਹਿਣਯੋਗ ਨਹੀਂ ਹੈ। ਗਏ ਸੀਗੇ ਨਿਸ਼ਾਨ ਸਾਹਿਬ ਚੜਾਉਣ, ਭਾਈ ਜੀ ਸਾਡੇ ਨਾਲ ਸੀ ਅਤੇ ਪ੍ਰਾਹੁਣਾ ਵੀ ਸਾਡੇ ਨਾਲ ਅਤੇ ਭਾਈ ਸਾਹਿਬ ਦਾ, ਅਤੇ
ਉੱਥੇ ਜਾ ਨਿਸ਼ਾਨ ਸਾਹਿਬ ਚੜ੍ਹਾਉਣ ਲੱਗੇ, ਨਿਸ਼ਾਨ ਸਾਹਿਬ ਤਾਰਨਾ ਲੱਗ ਗਏ, ਤਾਰਨਾ ਲੱਗ ਕੇ ਭਾਈ ਸਾਹਿਬ ਨੂੰ ਕਰੰਟ ਲੱਗ ਗਏ, ਉੱਥੇ ਉਹ ਡਿੱਗ ਪਏ, ਉੱਥੇ ਉਹਨਾਂ ਦੀ ਮੌਤ ਹੋ ਗਈ। ਉੱਥੇ ਮੌਕੇ 'ਤੇ ਮੌਤ ਹੋ ਗਈ ਕਿ ਫਿਰ ਹਸਪਤਾਲ ਲੈ ਕੇ ਗਏ? ਅੱਛਾ ਜੀ, ਹਸਪਤਾਲ 'ਚ ਲੈ ਕੇ ਗਏ ਤਾਂ ਉਹ ਡਾਕਟਰ ਨੇ ਫਿਰ ਦੱਸਿਆ।